ਅਸੀਂ ਮਤਲਬ ਆਪਣੇ ਘਰੋਂ ਜਦੋਂ ਨਿਕਲੇ ਅਤੇ ਮਤਲਬ ਇਹ 3 ਨੌਜਵਾਨ ਸਾਡਾ ਪਿੱਛਾ ਕਰਦੇ ਪਏ ਸੀ। ਜਦੋਂ ਅਸੀਂ ਘਰਾਂ ਤੋਂ ਥੋੜ੍ਹੀ ਮਤਲਬ ਦੂਰ ਗਏ ਅਤੇ ਇਹਨਾਂ ਨੇ ਮਤਲਬ ਸਾਡੇ ਉੱਪਰ ਹਮਲਾ ਕੀਤਾ। ਸਾਨੂੰ ਪਤਾ ਲੱਗਾ ਕਿ ਸਾਡੇ ਪਿੰਡ ਇੱਕ ਲੁੱਟ ਹੋਈ ਹੈ ਜੀ, ਉਹ ਹੋਈ ਹੈ। ਮੈਨੂੰ ਜਦੋਂ ਫੋਨ ਕੀਤਾ ਵੀ ਸਾਡੇ ਇਸ ਤਰ੍ਹਾਂ ਲੁੱਟ ਹੋ ਗਈ ਹੈ ਅਤੇ ਬੰਦੇ ਭੱਜ ਗਏ ਨੇ, ਮੈਂ ਕਿਹਾ ਤੁਸੀਂ ਕੋਈ ਗੱਲ ਨਹੀਂ ਜੇ ਲੁੱਟ ਹੋ ਗਈ ਹੈ ਤਾਂ ਤੁਹਾਡਾ ਬਚਾਅ ਹੋ ਗਿਆ, ਅਤੇ ਕਹਿੰਦੇ ਹਨ ਮਾਰ ਦਾਤ ਮਾਰ ਲੱਗੇ ਤਾਂ ਬਚਾਅ ਹੋ ਗਿਆ। ਮੇਰੇ ਨਾਲ ਸਿਸਟਰ ਇਨ ਲਾਅ ਸੀ, ਉਹਨਾਂ ਕੋਲ ਪਰਸ ਸੀ ਵਿੱਚ ਡਾਕੂਮੈਂਟ ਸੀ, ਕੈਸ਼ ਸੀ, ਉਹਨਾਂ ਨੇ ਮਤਲਬ ਇਹ ਪਰਸ ਖੋ ਕੇ ਅਤੇ ਉਸੇ ਟਾਈਮ ਫਰਾਰ ਹੋ ਗਏ। ਕੱਲ੍ਹ ਇੱਕ ਸੂਚਨਾ ਪ੍ਰਾਪਤ ਹੋਈ ਆਪਣੇ ਗੀਤਾ ਅਤੇ ਉਹਦੀ ਨਨਾਣ ਜਿਹੜੇ ਆਪਣੇ ਪਿੰਡ ਕਾਲਾ ਨੰਗਲ ਤੋਂ ਜਾ ਰਹੇ ਸੀ ਸ਼ੂਗਰ ਮਿਲ ਬਟਾਲਾ ਨੂੰ, ਅਤੇ 3 ਨੌਜਵਾਨ ਮੋਟਰਸਾਈਕਲ 'ਤੇ ਆਏ। ਇਹਨਾਂ ਨੇ ਦਾਤਰ ਦੀ ਨੋਟ 'ਤੇ ਉਹਨਾਂ ਕੋਲੋਂ ਕੋਈ 50,000 ਰੁਪਏ, 2 ਮੋਬਾਈਲ ਅਤੇ ਹੋਰ ਉਹਨਾਂ ਦੇ ਦਸਤਾਵੇਜ਼ ਜੀ ਖੋਹ ਕਰਕੇ ਅਤੇ ਫਰਾਰ ਹੋ ਗਏ। ਬਟਾਲਾ ਦੇ ਨੇੜਲੇ ਪਿੰਡ ਕਾਲਾ ਨੰਗਲ ਦੀ ਰਹਿਣ ਵਾਲੀਆਂ 2 ਔਰਤਾਂ ਜੋ ਰਸਤੇ 'ਚ ਨਨਾਣ ਭਰਜਾਈ ਆਪਣੇ ਘਰ ਤੋਂ ਬਟਾਲਾ ਵੱਲ ਆ ਰਹੀਆਂ ਸਨ ਕਿ ਰਸਤੇ 'ਚ ਮੋਟਰਸਾਈਕਲ 'ਤੇ ਸਵਾਰ 3 ਨੌਜਵਾਨਾਂ ਵੱਲੋਂ ਦਾਤਰ ਨਾਲ ਪਹਿਲਾਂ ਉਹਨਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦੋਵਾਂ ਨਨਾਣ ਭਰਜਾਈ ਕੋਲੋਂ ਪਰਸ ਅਤੇ ਉਹਨਾਂ ਦੇ ਮੋਬਾਈਲ ਫੋਨ ਦੀ ਲੁੱਟ ਖੋਹ ਕਰਕੇ ਫਰਾਰ ਹੋ ਗਏ। ਉੱਥੇ ਹੀ ਪੀੜਤ ਔਰਤ ਗੀਤਾ ਨੇ ਦੱਸਿਆ ਕਿ ਉਸਦੇ ਪਰਸ 'ਚ 50,000 ਰੁਪਏ ਦੀ ਨਕਦੀ ਸੀ ਅਤੇ ਉਹ ਨੌਜਵਾਨ ਜਦ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਏ ਤਾਂ ਉੱਥੋਂ ਆਪਣੀ ਜਾਨ ਬਚਾਉਂਦੇ ਹੋਏ ਮੁੜ ਪੂਰੀ ਵਾਰਦਾਤ ਦੀ ਸ਼ਿਕਾਇਤ ਪੁਲਿਸ ਥਾਣਾ ਸਦਰ ਬਟਾਲਾ 'ਚ ਕੀਤੀ ਗਈ। ਉੱਧਰ ਪੁਲਿਸ ਥਾਣਾ ਸਦਰ ਦੇ ਥਾਣਾ ਇੰਚਾਰਜ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਗੀਤਾ ਵਾਸੀ ਪਿੰਡ ਕਾਲਾ ਨੰਗਲ ਵੱਲੋਂ ਸ਼ਿਕਾਇਤ ਮਿਲੀ ਸੀ ਅਤੇ ਉਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਉਹਨਾਂ ਤਕਨੀਕੀ ਜਾਂਚ ਕਰ 3 ਨੌਜਵਾਨਾਂ ਨੂੰ ਦਾਤਰ ਅਤੇ ਖੋਹ ਕੀਤੇ ਸਮਾਨ ਸਮੇਤ ਕਾਬੂ ਕੀਤਾ ਗਿਆ ਅਤੇ ਉਹਨਾਂ ਵੱਲੋਂ 3 ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਕੱਲ੍ਹ ਅਸੀਂ ਮਤਲਬ ਆਪਣੇ ਪਿੰਡ ਤੋਂ, ਮੈਂ ਆਪਣੇ ਹਸਬੈਂਡ ਨੂੰ ਜਾਂਦੀ ਪਈ ਸੀ ਕੈਸ਼ ਦੇਣ ਵਾਸਤੇ। ਹਾਂਜੀ, ਪਿੰਡ ਕਾਲਾ ਨੰਗਲ। ਅਸੀਂ ਮਤਲਬ ਆਪਣੇ ਘਰੋਂ ਜਦੋਂ ਨਿਕਲੇ ਅਤੇ ਮਤਲਬ ਇਹ 3 ਨੌਜਵਾਨ ਸਾਡਾ ਪਿੱਛਾ ਕਰਦੇ ਪਏ ਸੀ। ਜਦੋਂ ਅਸੀਂ ਘਰਾਂ ਤੋਂ ਥੋੜ੍ਹੀ ਮਤਲਬ ਦੂਰ ਗਏ ਅਤੇ ਇਹਨਾਂ ਨੇ ਮਤਲਬ ਸਾਡੇ ਉੱਪਰ ਹਮਲਾ ਕੀਤਾ। ਇੱਕ ਦੇ ਕੋਲ ਦਾਤਰ ਸੀ, ਉਹਨਾਂ ਨੇ ਮਤਲਬ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਸਿਰ 'ਤੇ। ਸਾਡੇ ਕੋਲ ਫੋਨ ਸੀ ਮੇਰੇ ਹੱਥ ਵਿੱਚ, ਮੇਰਾ ਫੋਨ ਡਿੱਗ ਗਿਆ, ਇਹਨਾਂ ਨੇ ਫੜ ਲਿਆ ਮੇਰੇ ਕੋਲੋਂ। ਅਤੇ ਦੀਦੀ ਮੇਰੇ ਨਾਲ ਸਿਸਟਰ ਇਨ ਲਾਅ ਸੀ, ਉਹਨਾਂ ਕੋਲ ਪਰਸ ਸੀ ਵਿੱਚ ਡਾਕੂਮੈਂਟ ਸੀ, ਕੈਸ਼ ਸੀ, ਉਹਨਾਂ ਨੇ ਮਤਲਬ ਇਹ ਪਰਸ ਖੋਹ ਕੇ ਅਤੇ ਉਸੇ ਟਾਈਮ ਫਰਾਰ ਹੋ ਗਏ। ਕਿੰਨਾ ਕੈਸ਼? ਕੈਸ਼ ਵਿੱਚ 50,000। ਹਾਂਜੀ, ਖੋਹ ਕੇ ਲੈ ਗਏ। ਫੋਨ ਤੁਹਾਡਾ? ਫੋਨ 2 ਹੀ, ਇੱਕ ਦੀਦੀ ਉਹਨਾਂ ਦਾ ਪਰਸ ਵਿੱਚ, ਇੱਕ ਮੇਰੇ ਹੱਥ ਵਿੱਚ। ਹਾਂਜੀ, ਫਿਰ ਅਸੀਂ ਉਸੇ ਟਾਈਮ ਪੁਲਿਸ ਕੰਪਲੇਂਟ ਕੀਤੀ ਅਤੇ ਪੁਲਿਸ ਥਾਣਾ ਸਦਰ ਬਟਾਲਾ ਇਹਨਾਂ ਦੀ ਟੀਮ ਨੇ 24 ਘੰਟਿਆਂ ਦੇ ਵਿੱਚ ਮਤਲਬ ਕੀਤਾ ਉਹਨਾਂ ਨੂੰ ਕਾਬੂ ਅਤੇ ਹਾਂਜੀ ਉਹਨਾਂ ਨੂੰ ਫੜ ਲਿਆ ਅਤੇ ਸਾਡਾ ਸਾਰਾ ਜਿਹੜਾ ਸਮਾਨ ਬਰਾਮਦ ਕੀਤਾ ਉਹਨਾਂ ਨੂੰ। ਅਤੇ ਅਸੀਂ ਉਸ ਟੀਮ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਥੈਂਕਸ ਕਰਦੇ ਹਾਂ ਕਿ ਟੀਮ ਨੇ ਸਾਡਾ ਮਤਲਬ ਸਮਾਨ ਜੋ ਵੀ ਆ ਆਪਣੇ ਕੋਲ ਬਰਾਮਦ ਕੀਤਾ। ਹਾਂਜੀ, ਮੈਂ ਦਵਿੰਦਰ ਸਿੰਘ ਕਾਲਾ ਨਗਰ ਤੋਂ ਜੀ, ਬਲਾਕ ਪ੍ਰਧਾਨ ਫਤਿਹਗੜ੍ਹ ਚੂੜੀਆਂ ਆਮ ਪਾਰਟੀ। ਸਾਡੇ ਪਿੰਡ ਕੱਲ੍ਹ, ਅਸੀਂ ਕੱਲ੍ਹ ਅੰਮ੍ਰਿਤਸਰ ਗਏ ਹੋਏ ਸੀਗੇ ਅਤੇ ਸਾਨੂੰ ਪਤਾ ਲੱਗਾ ਕਿ ਸਾਡੇ ਪਿੰਡ ਇੱਕ ਲੁੱਟ ਹੋਈ ਹੈ ਜੀ, ਉਹ ਹੋਈ ਹੈ। ਮੈਨੂੰ ਜਦੋਂ ਫੋਨ ਕੀਤਾ ਵੀ ਸਾਡੇ ਇਸ ਤਰ੍ਹਾਂ ਲੁੱਟ ਹੋ ਗਈ ਹੈ ਅਤੇ ਬੰਦੇ ਭੱਜ ਗਏ ਨੇ, ਮੈਂ ਕਿਹਾ ਤੁਸੀਂ ਕੋਈ ਗੱਲ ਨਹੀਂ ਜੇ ਲੁੱਟ ਹੋ ਗਈ ਹੈ ਤਾਂ ਤੁਹਾਡਾ ਬਚਾਅ ਹੋ ਗਿਆ, ਅਤੇ ਕਹਿੰਦੇ ਹਨ ਮਾਰ ਦਾਤ ਮਾਰ ਲੱਗੇ ਤਾਂ ਬਚਾਅ ਹੋ ਗਿਆ। ਔਰ ਅਸੀਂ ਉਸੇ ਵੇਲੇ ਫਿਰ ਮੈਂ ਫੋਨ ਕੀਤਾ ਜੀ SSO ਸਾਹਿਬ ਸਰਦਾਰ ਸਦਰ ਵਾਲਿਆਂ ਨੂੰ, ਸਰ ਸੁਖਜਿੰਦਰ ਸਿੰਘ ਨੂੰ, ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੂਰੇ 10 ਮਿੰਟ ਵਿੱਚ ਪੁਲਿਸ ਜਿਹੜੇ ਕਾਲੇ ਨਗਰ ਪਹੁੰਚ ਜਾਂਦੀ ਹੈ। ਇਹਨਾਂ ਨੂੰ ਸਾਰਾ ਰਿਪੋਰਟ ਕਰਕੇ ਕਿਸ ਤਰ੍ਹਾਂ ਕਿਹੋ ਜਿਹੇ ਬੰਦੇ ਕਿਸ ਤਰ੍ਹਾਂ ਸੀਗਾ, ਇਹਨਾਂ ਨੇ
24 ਘੰਟੇ ਨਹੀਂ ਬਲਕਿ 20 ਘੰਟੇ ਦੇ ਅੰਦਰ ਅੰਦਰ ਹੀ ਸਾਰੇ ਬੰਦੇ ਟੇਸਟ ਕਰ ਲਏ ਔਰ ਜਿੰਨੀ ਵੀ ਇਹਨਾਂ ਦੇ ਸਮਾਨ ਇਹਨਾਂ ਦਾ ਖੋਹ ਹੋਇਆ ਸੀ ਸਾਰਾ ਉਹਨਾਂ ਬਰਾਮਦ ਕਰ ਲਿਆ ਔਰ ਅਸੀਂ ਧੰਨਵਾਦੀ ਹਾਂ ਸਦਰ ਬਟਾਲਾ ਪੁਲਿਸ ਦੇ ਖਾਸ ਕਰਕੇ ਐਸ ਐਸ ਸਾਹਿਬ ਹੋਣਾਂ ਦੇ ਸਾਰੀ ਇੰਨੀ ਟੀਮ ਦੇ ਕਿ ਇੰਨੀ ਕਰੰਟ ਐਕਸ਼ਨ ਲੈ ਕੇ ਇਹਨਾਂ ਨੇ ਜਿਹੜੇ ਮੁਰਚੋਂ ਫੜੇ ਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਔਰ ਅਸੀਂ ਇਹਨਾਂ ਦੇ ਕੰਮ 'ਤੇ ਬਹੁਤ ਖੁਸ਼ ਹਾਂ ਹਾਂਜੀ ਮੈਂ ਐਸ ਆਈ ਸੁਖਜਿੰਦਰ ਸਿੰਘ ਐਸ ਐਚ ਓ ਸਦਰ ਬਟਾਲਾ ਕੱਲ੍ਹ ਇੱਕ ਸੂਚਨਾ ਪ੍ਰਾਪਤ ਹੋਈ ਆਪਣੇ ਗੀਤਾ ਅਤੇ ਉਹਦੀ ਨਨਾਣ ਜਿਹੜੇ ਆਪਣੇ ਪਿੰਡ ਕਾਲਾ ਨੰਗਲ ਤੋਂ ਜਾ ਰਹੇ ਸੀ ਸ਼ੂਗਰ ਮਿਲ ਬਟਾਲਾ ਨੂੰ ਅਤੇ ਤਿੰਨ ਨੌਜਵਾਨ ਮੋਟਰਸਾਈਕਲ 'ਤੇ ਆਏ ਇਹਨਾਂ ਨੇ ਦਾਤਰ ਦੀ ਨੋਟ 'ਤੇ ਉਹਨਾਂ ਕੋਲ ਕਰੀਬ 50,000 ਰੁਪਏ ਦੋ ਮੋਬਾਈਲ ਅਤੇ ਹੋਰ ਉਹਨਾਂ ਦੇ ਦਸਤਾਵੇਜ਼ ਹੀ ਖੋਹ ਕਰਕੇ ਅਤੇ ਫਰਾਰ ਹੋ ਗਏ। ਇਹ ਸੂਚਨਾ ਮਿਲਣ ਤੋਂ ਬਾਅਦ ਐਸ ਏ ਦਵਿੰਦਰ ਸਿੰਘ ਵੱਲੋਂ ਮੁਕੱਦਮਾ ਦਰਜ ਕਰਕੇ ਇਹਦੀ ਤਫਤੀਸ਼ ਕੀਤੀ ਗਈ ਜੋ ਟੈਕਨੀਕਲ ਆਧਾਰਿਤ 'ਤੇ ਜਿਹੜੇ ਦੋਸ਼ੀ ਪਾਏ ਗਏ ਸਨ ਉਹ ਸਾਰੀ ਪਿੰਡ ਦੇ ਹੈਗੇ ਆਪਣੇ ਜੋਬਨਪ੍ਰੀਤ ਸਿੰਘ, ਰਵਿੰਦਰ ਸਿੰਘ ਰਾਂਝਾ, ਆਕਾਸ਼ਦੀਪ ਸਿੰਘ। ਇਹਨਾਂ ਨੂੰ ਨੋਮੀਨੇਟ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਆ। ਅਰੈਸਟ ਕਰਕੇ ਇਹਨਾਂ ਪਾਸੋਂ ਇਹਨਾਂ ਵੱਲੋਂ ਜੋ ਮੋਟਰਸਾਈਕਲ ਵਰਤਿਆ ਵਾਰਦਾਤ ਦੇ ਵਿੱਚ ਦਾਤਰ, ਕੁਝ ਕਰੰਸੀ, ਮੋਬਾਈਲ, ਇਹ ਸਾਰਾ ਕੁਛ ਰਿਕਵਰ ਕੀਤਾ। ਇਹਨਾਂ ਕੋਲ ਪੁੱਛਗਿੱਛ ਚੱਲ ਰਹੀ ਹੈ। ਪੁੱਛਗਿੱਛ ਤੋਂ ਬਾਅਦ ਜੋ ਵੀ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਇਹਨਾਂ ਕੋਲ, ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਕੋਲ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ। ਪਹਿਲਾਂ ਵੀ ਰਿਕਾਰਡ ਇਹਨਾਂ ਦਾ ਖਰਾਬ ਹੀ ਹੈ, ਇਹਨਾਂ ਨੇ ਅਗੇਂਸਟ ਪਹਿਲਾਂ ਵੀ ਕਈ ਕੁਛ ਹੈਗਾ ਉਹ ਵੀ ਕਲੀਅਰ ਕਰ ਰਹੇ ਹਾਂ ਆਪਾਂ। ਕਲੀਅਰ ਹੋਣ ਤੋਂ ਬਾਅਦ ਫਿਰ ਤੁਹਾਡੇ ਨੋਟਸ ਵਿੱਚ ਲਾਵਾਂਗੇ। ਹੁਣ ਦਾਤਰ ਵਿਖਾ ਕੇ ਉਹ ਜੇ ਉਹ ਨਾ ਇਹਨਾਂ ਨੂੰ ਆਪਣਾ ਸਮਾਨ ਦਿੰਦੀਆਂ ਤਾਂ ਦਾਤਰ ਮਾਰ ਵੀ ਸਕਦੇ ਸੀ ਉਹਨਾਂ ਨੂੰ। ਦਾਤਰੇ ਇਹਨਾਂ ਨੇ ਵਿਖਾਇਆ ਵੀ ਉਹਨਾਂ ਨੂੰ ਅਤੇ ਉਹਨਾਂ 'ਤੇ ਵਾਰ ਵੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਡਰਦੇ ਇਹਨਾਂ ਨੂੰ ਇਹ ਡਰਦੇ ਭੈਰ ਤੋਂ ਹੀ ਉਹਨਾਂ ਨੇ ਸਮਾਨ ਦੇ ਦਿੱਤਾ ਸਾਡਾ ਇਹਨਾਂ ਨੂੰ। ਇਹਨਾਂ ਦੇ ਖਿਲਾਫ਼ ਮੁਕੱਦਮਾ ਨੰਬਰ 102 ਅੰਡਰ ਸੈਕਸ਼ਨ 304 ਬਲੀਕ 2 3 ਬਲੀਕ 5 ਜਿਹੜੀ ਪਹਿਲਾਂ 379B2 ਹੁੰਦੀ ਸੀ ਉਹਦੇ ਤਹਿਤ ਏ.ਐਸ. ਰਵਿੰਦਰ ਸਿੰਘ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਜਿਸ ਵਿੱਚ ਤਫਤੀਸ਼ ਕੀਤੀ ਗਈ। ਇਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਇਹ ਇੱਧਰਲੀ ਸਾਈਡ ਤੋਂ ਮਿਲ ਵਾਲੀ ਸਾਈਡ ਤੋਂ ਜਿਹੜੀ ਹੋਈ ਆ ਕਿਉਂਕਿ ਇੱਧਰ ਹੀ ਇਹ ਆਪਣੀ ਹੋਰ ਵੀ ਵਾਰਤਾ ਦਾ ਵਾਸਤੇ ਵਿਚਾਰੀ ਜਿਹਦੇ ਚੱਕਰ 'ਚ ਜਿੱਥੋਂ ਇਹਨਾਂ ਨੂੰ ਕਾਬੂ ਕੀਤਾ ਗਿਆ। ਇਹ ਸਹਾਰੀ ਦੇ ਰਹਿਣ ਵਾਲੇ ਨੇ ਤਿੰਨੇ ਅਤੇ ਤਿੰਨਾਂ ਨੇ ਪ੍ਰਪੋਜ਼ਲ ਬਣਾ ਕੇ ਅਤੇ ਪਲਾਨਿੰਗ ਕਰਕੇ ਕੀਤਾ ਆ।